ਭਾਰਤ ਦੀ ਤਰਫੋਂ ਸਰਜੀਕਲ ਸਟ੍ਰਾਈਕ ਦੇ ਦਾਅਵੇ ਤੇ ਅਮਰੀਕਾ ਤਸਦੀਕ ਕਰਨ ਤੋਂ ਇਨਕਾਰ ਕਰਤਾ ਮਹਿਕਮੇ ਖਾਰਜਾ ਦੋਹੇ ਮੁਲਕਾਂ ਕੋ ਸਬਰ ਦੀ ਤਲਕੀਨ ਕੀਤੀ ਤੇ ਰਾਬਤੇ ਬਹਾਲ ਕਰਨ ਦਾ ਮਸ਼ਵਰਾ ਦਿੱਤਾ ਵਾਸ਼ਿੰਗਟਨ ਚ ਮੀਡੀਆ ਬਰੀਫਿੰਗ ਚ ਮਾਰਕ ਟੋਨਰ ਦਾ ਆਖਣਾ ਜੋ ਪਾਕਿਸਤਾਨ ਤੇ ਭਾਰਤ ਦੀ ਫੌਜ ਦੇ ਆਲਾ ਸਤਹੀ ਰਾਬਤੇ ਥਿਨ ਉਹਨਾਂ ਤਵੱਕਕ ਜ਼ਹਿਰ ਕੇ ਜੋ ਕਸ਼ੀਦਗੀ ਮਜ਼ੀਦ ਕਹਿਣਾ ਵੱਧ ਸੀ ਮਾਰਕ ਟੋਨਰ ਦੋਹੇ ਮੁਮਾਲਿਕ ਤੇ ਜ਼ੋਰ ਦਾ ਜੋ ਕਸ਼ੀਦਾ ਸੂਰਤ ਹਾਲ ਚ ਤਹਮੁਲ ਕਰਨ ਤੇ ਮੁਜ਼ਾਕਰਾ ਦਾ ਰਸਤਾ ਅਪਣਾਵੇ ਤਰਜਮਾਨ ਦਾ ਆਖਣਾ ਜੋਰੀ ਹਥਿਆਰ ਇਸਤੇਮਾਲ ਨਾ ਕਰਨ ਜੋਰੀ ਮੁਲਕਾਂ ਦੀ ਵਾਜ਼ਿਹ ਜ਼ਿੰਮੇਵਾਰੀ ਹੈ ਜੋ ਹਮਸਾਇਆਂ ਚ ਲੜੀ ਝਗੜਾ ਕਹਿਣ ਦੇ ਮਫਾਦਿਸ਼ ਕਹਿਣੀ ਭਾਰਤ ਦੇ ਸਰਜੀਕਲ ਸਟ੍ਰਾਈਕ ਦੇ ਦਾਅਵੇ ਤੇ ਮਾਰਕ ਟੋਨਰ ਤਸਦੀਕ ਤੋਂ ਇਨਕਾਰ ਕੀਤਾ ਉਹਨਾਂ ਹਸਬ ਰਿਵਾਇਤ ਪਾਕਿਸਤਾਨ ਤੋਂ ਸ਼ਿਦਤ ਪਸੰਦਾਂ ਦੇ ਖਿਲਾਫ ਕਾਰਵਾਈ ਦਾ ਮੁਤਾਲਬਾ ਵੀ ਕੀਤਾ।